ਦੀਨਾਨਗਰ ਦੀ ਆਦਰਸ਼ ਕਲੋਨੀ ਦਾ ਰਹਿਣ ਵਾਲਾ ਇੱਕ ਨੌਜਵਾਨ ਜੋ ਕੰਪਿਊਟਰ ਦਾ ਕੰਮ ਕਰਦਾ ਸੀ ਅਤੇ ਕਰੀਬ 6 ਦਿਨਾਂ ਦਾ ਘਰ ਤੋਂ ਲਾਪਤਾ ਸੀ ਜਿਸ ਦੀ ਜਾਪਰਵਾਰੀ ਦੁਆਬ ਨਹਿਰ ਵਿੱਚੋਂ ਲਾਸ਼ ਬਰਾਮਦ ਹੋਈ ਹੈ ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੀ ਪਤਨੀ ਰਜਨੀ ਬਾਲਾ ਨੇ ਦੱਸਿਆ ਕਿ ਮੇਰਾ ਪਤੀ 15 ਤਰੀਕ ਨੂੰ ਘਰੋਂ ਕੰਮ ਤੇ ਇਹ ਕਹਿ ਕੇ ਗਿਆ ਸੀ ਕਿ ਮੈਨੂੰ ਗੁਰਦਾਸਪੁਰ ਦਾ ਆਵੇ ਤੰਗ ਪਰੇਸ਼ਾਨ ਕਰਦਾ ਹੈ, ਜਿਸ ਕਰਕੇ ਕੁਝ ਸਮੇਂ ਬਾਅਦ ਸਾਨੂੰ ਪਤਾ ਲੱਗਾ ਕਿ ਉਸਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਉਸਦਾ ਮੋਟਰਸਾਈਕਲ ਅਤੇ ਫੋਨ ਨਹਿਰ ਦੇ ਕੰਢੇ ਪਿਆ ਹੋਇਆ। ਉਹਨਾਂ ਕਿਹਾ ਕਿ ਮੇਰੇ ਪਤੀ ਨੇ ਅਵੇ ਵਾਸੀ ਗੁਰਦਾਸਪੁਰ ਤੋਂ ਦੁਖੀ ਹੋ ਕੇ ਆਤਮ ਹੱਤਿਆ ਕੀਤੀ ਹੈ, ਜਿਸ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇੱਥੇ ਜ਼ਿਕਰਯੋਗ ਹੈ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਬੇਟਾ ਅਤੇ ਇੱਕ ਬੇਟੀ ਛੱਡ ਗਿਆ। ਵੀਰਵਾਰ ਤੋਂ ਗਿਆ ਪਈ, ਅੱਜ ਉਹਨਾਂ ਨੇ ਲਾਸ਼ ਮਿਲੀ ਆ, ਬਾਕੀ ਸਮਾਨ ਉਹਨਾਂ ਦਾ ਨਹਿਰ ਤੇ ਮਿਲਿਆ ਹੈਗਾ ਜੀ। ਮੋਟਰਸਾਈਕਲ ਸੀ, ਕਿੱਟ ਸੀ, ਬਾਕੀ ਮੋਬਾਈਲ, ਚਾਬੀ ਤੇ ਉਹਲਾ ਪਰਸ ਵਗੈਰਾ ਸਭ ਕੁਝ ਉਹਨਾਂ ਕੋਲ। ਕੀ ਕੰਮ ਕੀ ਕਰਦਾ ਸੀ? ਕੰਪਿਊਟਰ ਦਾ ਹੀ ਕੰਮ ਕਰਦਾ। ਨਹੀਂ ਕਰੋ, ਉਹਨਾਂ ਨੇ ਇਹੀ ਰੋਟੀ ਖਾਧੀ ਆ, ਮੈਂ ਕੰਮ ਤੇ ਚੱਲਿਆ ਆ, ਸ਼ਾਮੀ ਅਸੀਂ ਛੇਤੀ ਆ ਜਾਵਾਂਗਾ, ਮੈਂ ਬਾਬੇ ਤੇ ਜਾਣਾ ਮੱਥਾ ਟੇਕਣ, ਸ਼ਾਮੀ ਤੱਕ ਪੁੱਜੇ ਹੀ ਨਹੀਂ। ਬਾਅਦ 'ਚ ਉਹਨਾਂ ਦਾ ਪੁਲਿਸ ਵਾਲੇ ਨਹਿਰ ਦਾ ਮਹਿਕਮੇ 'ਚ ਫੋਨ ਆਇਆ ਸੀ, ਕਿਸੇ ਦਾ, ਉਹਨਾਂ ਨੇ ਦੱਸਿਆ ਸਾਨੂੰ ਕਿ ਆਹ ਗੱਲਬਾਤ ਹੋ ਗਈ ਆ, ਨਹਿਰ 'ਤੇ ਮੋਟਰਸਾਈਕਲ ਮਿਲਿਆ ਹੈ। ਉਹ ਕਹਿ ਕੇ ਗਿਆ ਮੈਂ ਉਹਨਾਂ ਦੀ ਵਜ੍ਹਾ ਨਾਲ ਹੀ ਇਹ ਕੰਮ ਕਰਾਂਗਾ, ਕਦੇ ਵੀ ਮੈਨੂੰ ਕੁਛ ਵੀ ਹੋਏ ਉਹਦਾ ਹੀ ਨਾਂ ਲਗਾਉਣਾ। ਉਹੀ ਉਹਨਾਂ ਨੇ ਅਵੇ ਤੋਂ ਪਰੇਸ਼ਾਨ ਸੀ, ਉਹ ਇਹ ਕਦਮ ਉਠਾਇਆ ਉਹਨਾਂ ਨੇ ਜਾਂਦੇ ਹੋਏ, ਜਿਸ ਦਿਨ ਗਏ ਘਰੋਂ ਰੋਟੀ ਖਾ ਕੇ ਕੰਮ 'ਤੇ ਗਏ ਆ, ਲੈ ਕੇ ਵੀ ਗਏ ਆ, ਦੋ ਚਾਰ ਦਿਨ ਪਹਿਲੇ ਉਹਨਾਂ ਦੀ ਦੁਕਾਨ ਤੋਂ ਹੋ ਕੇ ਆਏ ਸੀ। ਉਹਨਾਂ ਨੇ ਕਿਹਾ ਵੀ ਮੈਂ ਅਵੇ ਤੋਂ ਬਹੁਤ ਪਰੇਸ਼ਾਨ ਹਾਂ, ਕੱਲ੍ਹ ਨੂੰ ਮੈਨੂੰ ਕੁਛ ਵੀ ਹੋਏ ਅਵੇ ਨੂੰ ਸਜ਼ਾ ਦਵਾਉਣੀ ਆ। ਅਵੇ ਉਹਨਾਂ ਦੀ ਦੁਕਾਨ ਮਾਲਕ ਸੀ, ਅਵੇ ਮਹਾਜਨ, ਉਹ ਦੁਕਾਨ ਅੱਜ ਉਹਨਾਂ ਨੂੰ 6 ਦਿਨ ਹੋ ਗਏ ਅਵੇ ਕਰਕੇ, ਉਹਨਾਂ ਨੂੰ ਟੈਨਸ਼ਨ ਸੀ ਜਿਹੜੀ ਵੀ ਹੈ ਸੀ ਅਵੇ ਕਰਕੇ ਸੀ। ਉਹਨਾਂ ਪਰੇਸ਼ਾਨੀ ਉਹਨਾਂ ਨੇ ਨਹੀਂ ਦੱਸਿਆ, ਮੈਂ ਅੱਗੇ ਮਰੀਜ਼ ਹਾਂ ਪੱਥਰੀ ਦਾ, ਮੈਨੂੰ ਉਹਨਾਂ ਨੇ ਨਹੀਂ ਦੱਸਿਆ ਵੀ ਇਹਨਾਂ ਹੋਰ ਪਰੇਸ਼ਾਨ ਹੋਣਾ ਆ। ਪੈਸਿਆਂ ਕਰਕੇ ਵੀ ਉਹਨਾਂ ਨੂੰ ਪਤਾ ਹੋਏਗਾ ਕੀ ਪਰੇਸ਼ਾਨੀ ਸੀ ਉਹਨਾਂ ਨੂੰ, ਉਹਨਾਂ ਕੋਲ ਕੀ ਨਹੀਂ, ਉਹਨਾਂ ਦੀ ਆਪਸ 'ਚ ਗੱਲਬਾਤ ਸੀ, ਹੈ ਉਹਨਾਂ ਕੋਈ ਪਰੇਸ਼ਾਨ ਨਹੀਂ। ਉਹਨਾਂ ਨੇ ਤਾਂ ਕਿਹਾ ਉਹਨਾਂ ਨੂੰ ਸਜ਼ਾ ਦਵਾਉਣੀ ਆ, ਇਨਸਾਫ਼ ਹੋਣਾ ਚਾਹੀਦਾ ਮੇਰੇ ਨਾਲ, ਮੇਰੇ ਬੱਚਿਆਂ ਬਾਰੇ ਸੋਚੋ, ਮੇਰੇ ਨਾਲ ਇਨਸਾਫ਼ ਹੋਣਾ ਚਾਹੀਦਾ ਆ, ਮੈਂ ਆਪਣੇ ਬੱਚੇ ਕਿੱਦਾਂ ਪਾਲਾਂਗੀ, ਮੇਰੇ ਕਿਹੜਾ ਕੋਈ ਅੱਗੇ ਪਿੱਛੇ ਕਮਾਉਣ ਵਾਲਾ ਆ। ਉਧਰ DSP ਮਹੇਸ਼ ਸੈਣੀ ਨੇ ਦੱਸਿਆ ਕਿ ਬੀਤੀ 15 ਜੁਲਾਈ ਤੋਂ ਜਤਿੰਦਰ ਕੁਮਾਰ ਵਾਸੀ ਆਦਰਸ਼ ਕਲੋਨੀ ਨਾਮ ਦਾ ਨੌਜਵਾਨ ਘਰ ਤੋਂ ਲਾਪਤਾ ਸੀ, ਜਿਸ ਦੀ ਅੱਜ ਨਹਿਰ ਵਿੱਚੋਂ ਲਾਸ਼ ਬਰਾਮਦ ਹੋਈ ਹੈ। ਉਹਨਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਅਵੇ ਵਾਸੀ ਗੁਰਦਾਸਪੁਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਇਹ 15 ਜੁਲਾਈ ਨੂੰ ਆਪਣੇ ਘਰੋਂ ਕੰਮ ਕਰਨ ਵਾਸਤੇ ਨਿਕਲਿਆ ਸੀਗਾ, ਇਹ ਦੁਕਾਨ ਹੈ ਕੰਪਿਊਟਰ ਦੀ ਗੁਰਦਾਸਪੁਰ 'ਚ, ਪਰ 11 ਵਜੇ ਪਤਾ ਲੱਗਾ ਕਿ ਦੁਕਾਨ 'ਤੇ ਨਹੀਂ ਪਹੁੰਚਿਆ ਅਤੇ ਸ਼ਾਇਦ ਇਹਨੇ ਪਟੋਇਆ ਨਹਿਰ ਨੂੰ ਛਲਾਂਗ ਮਾਰਤੀ ਹੈ। ਸੋ ਅੱਜ 20 ਤਰੀਕ ਨੂੰ ਇਹਦੀ ਡੈੱਡ ਬੋਡੀ ਸਿਰਕੀਆਂ ਪੁੱਲ ਲਾਗੋਂ ਮਿਲੀ ਹੈ। ਸੋ ਇਹਦੀ ਵਾਈਫ ਨੇ ਸਟੇਟਮੈਂਟ ਦਿੱਤੀ ਹੈ ਕਿ ਇਹ ਜਿਸ ਬੰਦੇ ਕੋਲ ਪਹਿਲਾਂ ਅਵੇ ਕੋਲ ਕੰਮ ਕਰਦਾ ਸੀ ਗੁਰਦਾਸਪੁਰ ਜਿਹਦੀ ਦੁਕਾਨ 'ਤੇ, ਉਹਦੇ ਤੋਂ ਤੰਗ ਪਰੇਸ਼ਾਨ ਹੋ ਕੇ ਇਹਨੇ ਸੁਸਾਈਡ ਕੀਤੀ ਹੈ। ਸੋ ਇਹਦੀ ਵਾਈਫ ਦੇ ਬਿਆਨ 'ਤੇ ਅਸੀਂ FIR ਲੌਜ ਕੀਤੀ ਹੈ ਅਤੇ ਬੋਡੀ ਦਾ ਪੋਸਟਮਾਰਟਮ ਕਰਵਾ ਕੇ ਉਹਨਾਂ ਦੇ ਹੈਂਡਓਵਰ ਕਰ ਦਿੱਤੀ। ਨਹੀਂ, ਕੋਈ ਸੁਸਾਈਡ ਨੋਟ 'ਤੇ ਕੋਈ ਬਰਾਮਦ ਨਹੀਂ ਹੋਇਆ, ਪਰ ਉਹਦੀ ਵਾਈਫ ਦੇ ਬਿਆਨ ਦੇ ਮੁਤਾਬਕ ਜੋ ਕਾਰਵਾਈ ਬਣਦੀ ਹੈ ਕਾਰਵਾਈ ਕੀਤੀ। ਗੁਰਦਾਸਪੁਰ ਤੋਂ ਪੱਤਰਕਾਰ ਸਤਵਿੰਦਰ ਸਿੰਘ ਦੀ ਰਿਪੋਰਟ।